ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਹਿਲਾਂ ਹੀ ਜਿੱਥੇ ਵਿਜੀਲੈਂਸ ਦੀ ਜਾਂਚ ਦੇ ਘੇਰੇ ਵਿੱਚ ਨੇ ਮਾਨ ਸਰਕਾਰ ਨੇ ਚੈਲੰਜ ਕੀਤਾ ਸੀ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੇ ਸੱਚੇ ਸੁੱਚੇ ਨੇ ਤੇ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਉਹਨਾਂ ਦੇ ਜਾਨੂ ਆਮਦਨ ਦੇ ਸਰੋਤਾਂ ਤੋਂ ਬਾਅਦ ਜਾਇਦਾਦ ਬਣਾਈ ਜਾਂ ਨਹੀਂ ਬਣਾਈ ਇਸ ਨੂੰ ਲੈ ਕੇ ਜਾਂਚ ਹਾਲੇ ਚੱਲ ਰਹੀ ਹੈ ਪਰ ਇੱਕ ਹੋਰ ਮਸਲੇ ਦੇ ਵਿੱਚ ਵਿਜੀਲੈਂਸ ਰਿਪੋਰਟ ਨੇ ਰਿਪੋਰਟ ਮੰਗ ਲਈ ਹੈ ਡੀਜੀਪੀ ਦੇ ਦਫ਼ਤਰ ਤੋਂ ਹੁਣ ਪੰਜਾਬ ਪੁਲਿਸ ਦੇ ਜਿਹੜਾ ਮੁੱਖ ਦਫ਼ਤਰ ਤੋਂ ਰਿਪੋਰਟ ਮੰਗੀ ਗਈ ਹੈ ਕਿ ਜਿਹੜਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਭਾਣ ਜਾ ਹਣੀ ਜਿਸ ਨੂੰ ਪਹਿਲਾਂ ਵੀ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਕੈਸ਼ ਵੀ ਬਰਾਮਦ ਹੋਇਆ ਸੀ ਚੋਣਾਂ ਤੋਂ ਅਹਣ ਪਹਿਲਾਂ ਕੀਤੀ ਗਈ ਉਸ ਕਾਰਵਾਈ ਨੇ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਨੂੰ ਵੀ ਵਧਾ ਦਿੱਤਾ ਸੀ ਜਿਸ ਕਰਕੇ ਨਤੀਜਾ ਇਹ ਨਿਕਲਿਆ ਕਿ ਉਹਨਾਂ ਨੂੰ ਸਿਆਸੀ ਤੌਰ ਦੇ ਉੱਤੇ ਐਡਾ ਵੱਡਾ ਡੈਂਟ ਵੱਜਿਆ ਕਿ ਉਹ ਦੋ ਸੀਟਾਂ ਤੋਂ ਚੋਣ ਲੜੇ ਚਮਕੌਰ ਸਾਹਿਬ ਤੇ ਹਲਕਾ ਪਦੌੜ ਤੋਂ ਦੋਵਾਂ ਸੀਟਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਕਾਂਗਰਸ ਵੀ ਬੁਰੀ ਤਰ੍ਹਾਂ ਹਾਰ ਗਈ ਸੀ ਵੱਡੇ ਬਹੁਮਤ ਨਾਲ ਪਹਿਲਾਂ 2017 ਦੇ ਵਿੱਚ ਕਾਂਗਰਸ ਆਉਂਦੀ ਹੈ ਪਰ 18 ਸੀਟਾਂ ਤੇ ਸਿਮਟ ਕੇ ਰਹਿ ਗਏ ਉਹ ਆਪਸੀ ਸਿਆਸੀ ਕਲੇਸ਼ ਵੀ ਜਿਹੜੇ ਨੇ ਉਸ ਦਾ ਕਾਰਨ ਬਣੇ ਤੇ ਹੁਣ ਖੁਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਇੱਕ ਹੋਰ ਜਿਹੜਾ ਦੋਸ਼ ਲੱਗਦਾ ਦਿਖਾਈ ਦੇ ਰਿਹਾ ਕਿਉਂਕਿ ਜੇ ਰਿਪੋਰਟ ਮੰਗੀ ਗਈ ਹੈ ਤੇ ਇਸ ਦਾ ਮਤਲਬ ਇਹ ਹੈ ਕਿ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾ ਰਿਹਾ ਕਿ ਕੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਮੁੱਖ ਮੰਤਰੀ ਦੀ ਕੁਰਸੀ ਦੇ ਅਹੁਦੇ ਦੀ ਦਰਵਾਰਤੋ ਕੀਤੀ ਜੇ ਹੁਣ ਸਵਾਲ ਉੱਠਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਤੇ ਉਸ ਦੇ ਪਰਿਵਾਰ ਦੇ ਨਾਲ ਕਈ ਸੁਰੱਖਿਆ ਮੁਲਾਜ਼ਮ ਚੱਲਦੇ ਨੇ ਤਾਂ ਕੀ ਚਰਨਜੀਤ ਸਿੰਘ ਚੰਨੀ ਦੇ ਭਾਣ ਜੇ ਹਣੀ ਦੇ ਨਾਲ ਵੀ ਕਮਾਂਡੋ ਚੱਲਦੇ ਸੀ ਦੋ ਸਕਾਟ ਦੀਆਂ ਗੱਡੀਆਂ ਚੱਲਦੀਆਂ ਸੀ 22 ਕਮਾਂਡੋ ਦੀ ਗੱਲ ਚੱਲ ਰਹੀ ਹੈ ਇੱਕ ਚਰਚਾ ਦੇ ਵਿੱਚ ਹੈ ਕਿ ਉਹ ਕਿਉਂ ਦਿੱਤੇ ਗਏ ਹੋਮ ਲੈਂਡ ਜਿਹੜਾ ਮੁਹਾਲੀ ਦੇ ਵਿੱਚ ਪੈਂਦਾ ਹੈ ਇੱਕ টাউনশিপ ਹੈ ਉਸ ਦੇ ਵਿੱਚ ਹਨੀ ਰਹਿੰਦਾ ਸੀ ਔਰ ਉਸ ਦੀ ਜਿਹੜੀ ਫੁਟੇਜ ਹੈ ਉੱਥੋਂ ਦੀ ਉਹ ਵੀ ਪਤਾ ਲੱਗਿਆ ਕਿ ਵਿਜੀਲੈਂਸ ਦੇ ਹੱਥ ਲੱਗ ਚੁੱਕੀ ਹੈ ਜਿਸ ਦੇ ਵਿੱਚ ਸਬੂਤ ਮਿਲੇ ਨੇ ਕਿ ਉੱਥੇ ਹਮੇਸ਼ਾ ਹੀ ਸੁਰੱਖਿਆ ਮੁਲਾਜ਼ਮ ਨੇ ਜਿਹੜੇ ਤਾਇਨਾਤ ਰਹਿੰਦੇ ਸਨ ਤੇ ਹਨੀ ਦੀ ਸੁਰੱਖਿਆ ਕਰਦੇ ਸਨ ਹੁਣ 20 VIP ਜਿਹੜੀ ਸਹੂਲਤਾਂ ਦੇਣ ਦੀ ਗੱਲ ਚੱਲੀ ਹੈ ਇਸ ਨੂੰ ਲੈ ਕੇ ਵਿਜੀਲੈਂਸ ਨੇ ਪੂਰੀ ਰਿਪੋਰਟ ਡੀਜੀਪੀ ਦੇ ਦਫ਼ਤਰ ਤੋਂ ਮੰਗ ਲਈ ਹੈ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਅਗਲੇਰੀ ਜਾਂਚ ਹੈ ਜਿਹੜੀ ਕੀਤੀ ਜਾਵੇਗੀ ਸਾਬਕਾ ਮੁੱਖ ਮੰਤਰੀ ਚਰਨ ਸਿੰਘ ਚੰਨੀ ਦੇ ਭਾਣ ਜੇ ਹਣੀ ਦੇ ذریعے ਨਿਸ਼ਾਨਾ ਹੁਣ ਸਾਧਿਆ ਜਾ ਰਿਹਾ ਹੈ ਇਸ ਮਸਲੇ ਦੇ ਵਿੱਚ ਇਹ ਵੀ ਜਾਣਕਾਰੀ ਮਿਲੀ ਹੈ ਕਿ ਸਾਬਕਾ ਮੁੱਖ ਮੰਤਰੀ ਦੇ ਰਹਿੰਦਿਆਂ ਹੋਇਆਂ ਉਸਦੇ ਭਾਂਜੇ ਨੂੰ 18 ਤੋਂ 22 ਕਮਾਂਡੋ ਮਿਲੇ ਹੋਏ ਸਨ ਜੋ ਹਰ ਰੋਜ਼ ਉਸਦੇ ਨਾਲ 24 ਘੰਟੇ ਸੁਰੱਖਿਆ ਵਜੋਂ ਤਾਇਨਾਤ ਰਹਿੰਦੇ ਸਨ ਇੰਨਾ ਹੀ ਨਹੀਂ ਉਸ ਨੂੰ ਸੀਮ ਨਿਵਾਸ ਦੇ ਨਾਲ ਕਾਫੀ ਹੀ ਉਸ ਦਾ ਆਣਾ ਜਾਣਾ ਸੀ ਜਿਹੜਾ ਉਹ ਲੱਗਿਆ ਰਹਿੰਦਾ ਸੀ ਸੀਐਮ ਹਾਊਸ ਦੇ ਵਿੱਚ ਮੁਹਾਲੀ ਦੇ ਸੈਕਟਰ 70 ਦੇ ਵਿੱਚ ਸਥਿਤ ਹੋਮਲੈਂਡ ਟਾਊਨਸ਼ਿਪ ਆ ਜਿਹੜਾ ਉੱਥੇ ਉਸ ਦੇ ਘਰ ਦੇ ਆਲੇ-ਦੁਆਲੇ ਹਣੀ ਸਿੰਘ ਦੇ ਜਿਹੜੇ ਨੇ ਉਹ ਸੁਰੱਖਿਆ ਮੁਲਾਜ਼ਮ ਤਾਇਨਾਤ ਰਹਿੰਦੇ ਸਨ ਹਾਲਾਂਕਿ ਬਾਕੀ ਵਿਰੋਧੀ ਪਾਰਟੀਆਂ ਨੇ ਵੀ ਇਥੋਂ ਤੱਕ ਕਿ ਵਿਕਰਮ ਸਿੰਘ ਮਜੀਠੀਆ ਵੀ ਵਾਰ-ਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਦੋਂ ਵੀ ਘੇਰਦੇ ਨੇ ਤੇ ਉਦੋਂ ਉਹ ਹਣੀ ਦਾ ਜ਼ਿਕਰ ਜ਼ਰੂਰ ਕਰਦੇ ਨੇ ਤੇ ਹੁਣ ਮਾਨ ਸਰਕਾਰ ਦੀ ਵੀ ਜਿਹੜੀ ਆ ਤਿਰਛੀ ਅੱਖ ਜਿਹੜੀ ਇਸ ਦੇ ਉੱਤੇ ਪੈ ਗਈ ਹੈ ਜਿਸ ਕਰਕੇ ਸੁਰੱਖਿਆ ਉਸ ਨੂੰ ਕਿਹੜੇ ਆਧਾਰ ਤੇ ਮੁਹੱਈਆ ਕਰਵਾਈ ਗਈ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਚਰਨਜੀਤ ਸਿੰਘ ਚੰਨੀ ਦੇ ਭਾਂਜੇ ਨੂੰ ਉਦੋਂ ਵੀ ਜਾਂਚ ਦਾ ਸਾਹਮਣਾ ਕਰਨਾ ਪਿਆ ਸੀ ਇੱਥੋਂ ਤੱਕ ਕਿ ਜੇਲ੍ਹ ਦੀਆਂ ਰੋਟੀਆਂ ਵੀ ਖਾਣੀਆਂ ਪਈਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਈੜੀ ਨੇ ਹਣੀ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਸਾਬਕਾ ਮੁੱਖ ਮੰਤਰੀ ਚੰਨੀ ਦੇ ਖਿਲਾਫ ਵਿਜੀਲੈਂਸ ਪਹਿਲਾਂ ਤੋਂ ਹੀ ਜਾਂਚ ਕਰ ਰਹੀ ਹੈ ਪਰ ਹੁਣ ਇਸ ਨਵੇਂ ਮਸਲੇ ਦੇ ਵਿੱਚ ਜੇਕਰ ਰਿਪੋਰਟ ਹੱਥ ਲੱਗਦੀ ਹੈ ਜੇਕਰ ਉਸ ਵਿੱਚ ਵਾਕਈ ਪਾਇਆ ਗਿਆ ਕਿ ਚਰਨਜੀਤ ਸਿੰਘ ਚੰਨੀ ਨੇ ਸੁਰੱਖਿਆ ਮੁਹੱਈਆ ਕਰਵਾਈ ਹੋਈ ਸੀ ਕਿਉਂਕਿ ਹੁਣ ਤੱਕ ਜਿੰਨੇ ਵੀ ਮਾਨ ਸਰਕਾਰ ਨੇ ਪਹਿਲਾਂ ਦਾਵਾ ਕੀ ਦਾਅਵੇ ਕੀਤੇ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਤੇ ਉਸ ਦਾ ਜਵਾਬ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਾਲ ਦੇ ਨਾਲ ਦੇ ਦਿੱਤਾ ਸ਼ਾਮਾ ਨਹੀਂ ਸੀ ਪੈਣ ਦਿੰਦੇ ਇੱਕ ਪ੍ਰੈਸ ਕਾਨਫਰੰਸ ਕਰ ਦਿੰਦੇ ਸੀ ਹੁਣ ਇਸ ਮਸਲੇ ਦੇ ਵਿੱਚ ਜਿਹੜੀ ਰਿਪੋਰਟ ਮੰਗੀ ਗਈ ਹੈ ਦੇਖਦੇ ਆ ਕਿ ਜਦੋਂ ਤੱਕ ਸਰਕਾਰ ਆਪਣੇ ਮੂੰਹੋਂ ਨਹੀਂ ਕੁਝ ਕਹਿੰਦੀ ਉਦੋਂ ਤੱਕ ਚਰਨਜੀਤ ਸਿੰਘ ਚੰਨੀ ਬੋਲਦੇ ਨੇ ਜਾਂ ਫਿਰ ਇਹਨਾਂ ਜਿਹੜੀਆਂ ਚਰਚਾਵਾਂ ਚੱਲੀਆਂ ਨੇ ਵਿਜੀਲੈਂਸ ਨੇ ਰਿਪੋਰਟ ਮੰਗੀ ਹੈ ਇਸ ਤੋਂ ਪਹਿਲਾਂ ਕੋਈ ਬਿਆਨ ਦਿੰਦੇ ਨੇ ਜਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਬਾਰੇ ਬੋਲਣ ਤੋਂ ਬਾਅਦ ਹੀ ਉਹ ਕੁਝ ਨਾ ਕੁਝ ਬੋਲਣਗੇ ਇਸ ਤੋਂ ਪਹਿਲਾਂ ਉਹਨਾਂ ਦੇ ਇੱਕ ਭਤੀਜੇ ਦੇ ਉੱਤੇ ਵੀ ਇਲਜ਼ਾਮ ਲੱਗੇ ਸਨ ਕਿ ਕ੍ਰਿਕਟ ਖਿਡਾਰੀ ਹੈ ਜਿਹੜਾ ਉਸ ਤੋਂ ਦੋ ਦਾ ਇਸ਼ਾਰਾ ਕੀਤਾ ਗਿਆ ਔਰ ਜਿਸ ਦਾ ਨਾਮ ਲਿਆ ਗਿਆ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਹੀ ਨਾਲ ਪ੍ਰੈਸ ਕਾਨਫਰੰਸ ਦੇ ਵਿੱਚ ਲੈ ਆਏ ਉਹਨਾਂ ਨੇ ਕਿਹਾ ਕਿ ਇਹ ਡਾਕਟਰ ਦੀ ਪੜ੍ਹਾਈ ਕਰਦਾ ਮੁੰਡਾ ਔਰ ਇਸ ਦਾ ਕੀ ਵੀ ਰਾਜਨੀਤੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਔਰ ਜਿੱਥੋਂ ਤੱਕ ਰਹੀ ਗੱਲ ਕਰੋੜਾ ਰੁਪਏ ਇਕੱਠੇ ਕਰਨ ਦੀ ਕਿਤੇ ਵੀ ਅਜਿਹਾ ਨਹੀਂ ਹੈ ਜੇਕਰ ਕਿਸੇ ਕੋਲ ਕਸਬੂਤ ਹੈ ਤੇ ਮੇਰੇ ਖਿਲਾਫ ਕਾਰਵਾਈ ਕਰੋ ਹਾਲਾਂਕਿ ਇਸ ਮਸਲੇ ਦੇ ਵਿੱਚ ਇੱਕ ਦੂਜੇ ਤੇ ਤੋਮਤਬਾਜ਼ੀ ਤਾਂ ਬਹੁਤ ਹੋਈ ਫੋਟੋਆਂ ਵੀ ਜਾਰੀ ਕੀਤੀਆਂ ਗਈਆਂ ਪਰ ਹਾਲੇ ਤੱਕ ਕੋਈ ਕੇਸ ਦਰਜ ਨਹੀਂ ਹੋਇਆ ਇਸ ਮਸਲੇ ਦੇ ਵਿੱਚ ਕਿ ਸਾਬਕਾ ਮੁੱਖ ਮੰਤਰੀ ਚਰਨ ਸਿੰਘ ਚੰਨੀ ਨੇ ਆਪਣੇ ਰਿਸ਼ਤਾ ਰਿਸ਼ਤੇਦਾਰਾਂ ਦੇ ਜ਼ਰੀਏ ਜਾਂ ਖੁਦ ਖਿਡਾਰੀ ਤੋਂ ਪੈਸੇ ਮੰਗੇ ਸਨ ਜਾਂ ਨਹੀਂ ਮੰਗੇ ਸਨ ਪਰ ਮੁੱਖ ਮੰਤਰੀ ਭਗਵੰਤ ਮਾਨੇਗੰ ਵੀ ਇਹ ਇਲਜ਼ਾਮ ਲਾ ਦਿੱਤੇ ਸਨ ਜਦੋਂ ਧਰਮਸ਼ਾਲਾ ਮੈਚ ਦੇਖ ਕੇ ਉਪਰਤੇ ਸੀ ਆਈਪਲ ਦਾ ਤੇ ਉਹ ਇੱਕ ਖਿਡਾਰੀ ਨੂੰ ਵੀ ਨਾਮ ਲੈ ਕੇ ਉਸਦੇ ਪਿਤਾ ਨੂੰ ਨਾਮ ਲੈ ਕੇ ਪ੍ਰੈਸ ਕਾਨਫਰੰਸ ਵੀ ਕਰ ਦਿੰਦੇ ਨੇ ਇਹ ਕੋਸ ਮਸਲੇ ਦੇ ਵਿੱਚ ਚਰਨ ਸਿੰਘ ਚੰਨੀ ਘਰ ਦੇ ਦਿਖਾਈ ਦਿੱਤੇ ਹੁਣ ਤੀਜਾ ਮਸਲਾ ਨਵਾਂ ਖੜਾ ਹੋਇਆ ਜਿਸ ਦੇ ਵਿੱਚ 20 20 ਆਈਪੀ ਸਿਕਿਉਰਟੀ ਕਿਉਂ ਦਿੱਤੀ ਗਈ ਉਸਦੇ ਭਾਣਜੇ ਨੂੰ ਇਸ ਨੂੰ ਲੈ ਕੇ ਵਿਜੀਲੈਂਸ ਨੇ ਰਿਪੋਰਟ ਮੰਗ ਲਈ ਹੈ ਹੁਣ ਡੀਜੀਪੀ ਦੇ ਦਫ਼ਤਰ ਦੇ ਵੱਲੋਂ ਜਦੋਂ ਵਿਜੀਲੈਂਸ ਦੇ ਕੋਲ ਰਿਪੋਰਟ ਪਹੁੰਚਦੀ ਹੈ ਉਸ ਦੇ ਵਿੱਚੋਂ ਕੀ ਨਿਕਲਦਾ ਹੈ ਕਿ ਵਾਕਈ ਜਿਵੇਂ ਹੁਣ ਇਲਜ਼ਾਮ ਲੱਗਦੇ ਨੇ ਮੌਜੂਦਾ ਮੁੱਖ ਮੰਤਰੀ ਦੇ ਉੱਤੇ ਕਿ ਉਹ ਆਪਣੇ ਪਰਿਵਾਰ ਨੂੰ ਵੀ ਸੁਰੱਖਿਆ ਮੁਹੱਈਆ ਕਰਵਾਈ ਕਰਵਾਉਂਦੇ ਨੇ ਔਰ ਵੱਡੇ ਵੱਡੇ ਗੱਡੀਆਂ ਨੇ ਜਿਹੜੀਆਂ ਉਹਨਾਂ ਦੇ ਨਾਲ ਚਲਦੀਆਂ ਨੇ ਸੈਂਕੜੇ ਦੀ ਗਿਣਤੀ ਵਿੱਚ ਜਿਹੜੇ ਨੇ ਸੁਰੱਖਿਆ ਮੁਲਾਜ਼ਮ ਮੁੱਖ ਮੰਤਰੀ ਸਣੇ ਉਹਨਾਂ ਦੇ ਪਰਿਵਾਰ ਦੀ ਸੁਰੱਖਿਆ ਵੀ ਕਰਦੇ ਨੇ ਕੀ ਮੁੱਖ ਸਾਬਕਾ ਮੁੱਖ ਮੰਤਰੀ ਨੇ ਵੀ ਇਸ ਤਰ੍ਹਾਂ ਕੀਤਾ ਦਰਬਾਰਤੋਂ ਕੀਤੀ ਆਪਣੇ ਅਹੁਦੇ ਦੀ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਅਜਈਆਂ ਸੁਰੱਖਿਆਵਾਂ ਨਹੀਂ ਦਿੱਤੀਆਂ ਤਾਂ ਇਹ ਸਾਰੇ ਮਸਲੇ ਦੀ ਜਾਂਚ ਹੁਣ ਵਿਜੀਲੈਂਸ ਕਰੇਗੀ ਜੇ ਰਿਪੋਰਟ ਹੱਥ ਲੱਗਦੀ ਹੈ ਦੇਖਦੇ ਹਾਂ ਇਸ ਵਿੱਚੋਂ ਕੀ ਨਿਕਲਦਾ ਹੈ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ